ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਵਿੱਚ ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੀ ਤੰਦਰੁਸਤ ਹੋਵੋਗੇ ਉਹ ਇੱਕ ਹੰਸਲੋ ਇੰਗਲੈਂਡ ਦੇ ਵਿੱਚ ਵੀ ਹੈਗਾ ਪਤਾ ਤੈਨੂੰ ਮੈਂ ਘਰਦਿਆਂ ਨੂੰ ਪੁੱਛੀ ਜਾਵਾਂ ਮੈਂ ਕਿਹਾ ਹੰਸਲੋ ਪਿੰਡ ਨਵਾਂਸ਼ਹਿਰ ਦੇ ਲਾਗੇ ਪੈਂਦਾ ਵਾ ਕਹਿੰਦਾ ਘਰਦੇ ਕਹਿੰਦੇ ਉਹ ਤਾਂ ਇੰਗਲੈਂਡ 'ਚ ਆ ਸੋ ਜੀ ਗੱਲਾਂ ਬਾਤਾਂ ਤੋਂ ਤੁਸੀਂ ਅੰਦਾਜ਼ਾ ਲਾ ਲਓ ਅੱਜ ਹੈਗੇ ਜੀ ਆਪਾਂ ਨਵਾਂਸ਼ਹਿਰ ਦੇ ਵਿੱਚ ਅਤੇ ਕਰਨ ਕੀ ਆਏ ਹੋਏ ਆ ਇੱਥੇ ਹੈਗਾ ਜੀ ਡੋਗ ਸ਼ੋ ਅੱਜ ਦਾ ਵਲੌਗ ਜਿਹੜਾ ਹੋਊਗਾ ਬੜਾ ਯੂਨੀਕ ਹੋਊਗਾ ਜੇ ਸੰਪੂਰਨ ਹੋ ਗਿਆ ਹੈ ਘਰ ਤੁਹਾਨੂੰ ਆਪਾਂ ਲੈਬਰਾਡੋਰ ਔਰ ਅਮੈਰੀਕਨ ਬੁਲੀ ਬਰੀਡ ਦਾ ਤੁਹਾਨੂੰ ਡੋਗਸ ਦਿਖਾਈਦੇ ਆ ਬਟ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਤਰ੍ਹਾਂ ਤਰ੍ਹਾਂ ਦੇ ਡੋਗ ਦੇਖਣ ਨੂੰ ਮਿਲੂਗੇ ਪਹਿਲਾ ਡੋਗ ਤਾਂ ਮੇਰੇ ਨਾਲ ਹੀ ਬੈਠਾ ਇੱਕ ਵਾਰ ਬਹੂ ਕਰਕੇ ਨਹੀਂ ਹਜੇ ਫਾਰਮ 'ਚ ਨਹੀਂ ਹੈਗਾ ਇਹ ਵੀ ਬਹੁਤ 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 ਵਧੀਆ ਕਰਦਾ ਅਤੇ ਬਰੀਡ ਕਿਹੜੀ ਆਪਣੀ ਮਨੁੱਖ ਪ੍ਰਜਾਤੀ ਵਾਲੀ ਬਰੀਡ ਆ ਜੀ ਸੋ ਹੁਣ ਅਸੀਂ ਜਾ ਰਹੇ ਹਾਂ ਹੰਸਲੋ ਪਿੰਡ ਹੰਸਲੋ ਹੀ ਨਾ ਮੈਂ ਗਲਤ ਤਾਂ ਲਿਆਉਂਦਾ ਮੈਂ ਕਿਉਂਕਿ ਜਿਹੜੇ ਇੰਗਲੈਂਡ ਵਾਲੇ ਬਲੈਤ ਵਾਲੇ ਬੰਦੇ ਆ ਜੇ ਕਿਸੇ ਨੇ ਵਲੌਗ ਦੇਖਿਆ ਉਹਨਾਂ ਨੇ ਕਹਿਣਾ ਵੀ ਇਹ ਹੰਸਲੋ ਤਾਂ ਸਾਡੇ ਇੰਗਲੈਂਡ ਦੇ ਵਿੱਚ ਵੀ ਹੈਗਾ ਅਤੇ ਤੁਹਾਨੂੰ ਅੱਜ ਵਧੀਆ ਵਧੀਆ ਜਿਹੜੇ ਡੋਗਸ ਆ ਉਹ ਦਿਖਾਵਾਂਗੇ ਅਤੇ ਤੁਹਾਨੂੰ ਬੇਨਤੀ ਆ ਪਹਿਲਾਂ ਹੀ ਵਲੌਗ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਤੁਹਾਨੂੰ ਕਹਿ ਦੇਵਾਂ ਕਿ ਜਿਹੜਾ ਵਲੌਗ ਆ ਬਿਨਾਂ ਸਕਿੱਪ ਕੀਤੇ ਹੋਏ ਦੇਖਿਓ ਅਤੇ ਅੱਜ ਦਾ ਵਲੌਗ ਬੜਾ ਇੰਟਰਟੇਨਰ ਹੋ ਇੰਟਰ ਕੀ ਕਹਿੰਦੇ ਹੁੰਦੇ ਉਹ ਇੰਟਰਟੇਨਮੈਂਟ ਵਾਲਾ ਹੋਊਗਾ ਅੰਗਰੇਜ਼ੀ ਅੜ ਜਾਂਦੀ ਆ ਲਓ ਜੀ ਪੋਸਟਰ ਲੱਗੇ ਹੋਏ ਆ ਉਹ ਦੇਖੋ ਨਵਾਂਸ਼ਹਿਰ ਦੇ ਵਿੱਚ ਮੈਂ ਵੀ ਪਹਿਲੀ ਵਾਰ ਸ਼ੋਅ ਦੇ ਵਿੱਚ ਚੱਲਾ ਜੇ ਤੂੰ ਪਹਿਲਾਂ ਗਿਆ ਕਦੀ ਨਾ ਨਾ ਪਹਿਲੀ ਵਾਰ ਚੱਲਾ ਤੁਹਾਨੂੰ 2 ਸਾਲ ਹੋ ਗਏ ਕੰਮ ਕਰਦਿਆਂ ਨੂੰ ਪਰ ਮੈਂ ਕਦੀ ਅਟੈਂਡ ਨਹੀਂ ਕੀਤਾ ਹੈ ਮੈਂ ਹੁਸ਼ਿਆਰਪੁਰ ਨਹੀਂ ਗਿਆ ਕਦੀ ਹੁਸ਼ਿਆਰਪੁਰ ਵੀ ਹੋਇਆ ਸੀ ਹਾਂ ਤੇਰੇ ਤਾਂ ਮੁੱਢੇ ਹੁੰਦਾ ਆ ਬਈ ਰਸ਼ ਦੇਖੋ ਕਿੰਨਾ ਪਿਆ ਹੈ ਸਭ ਆਪੋ ਆਪਣੇ ਡੋਗਸ ਲੈ ਕੇ ਆਏ ਹੋਏ ਆ ਉੱਧਰ ਰਿੰਗਸ ਲੱਗ ਰਹੀਆਂ ਅਤੇ ਆ ਜਾਓ ਫਿਰ ਆਪਾਂ ਵੀ ਵਿੱਚ ਚੱਲਦੇ ਹਾਂ ਅਤੇ ਐਕਸਪੀਰੀਅੰਸ ਕਰਦੇ ਹਾਂ ਵੀ ਕੀ ਤਾਂ ਜਾ ਮੈਂ ਇਹਦੇ ਅੰਦਰ ਸ਼ਿਟ ਜ਼ੂ ਦੇਖੋ ਇੱਦਾਂ ਸਾਂਭੇ ਜਾਂਦੇ ਆ ਮੇਲ ਆ ਫੀਮੇਲ ਭਾਜੀ ਜੀ ਮੇਲ ਫੀਮੇਲ ਮੈਂ ਉਹੀ ਦੱਸਦਾ ਮੈਂ ਕਿ ਆਪਣੇ ਨਾਲ ਨਹੀਂ ਟਿਕਦੇ ਆਪਣੀ ਫੇਵਰੇਟ ਬਰੀਡ ਅਮੈਰੀਕਨ ਬੁਲੀ ਇਹ ਹੁਣ ਗਰਮੀ ਮੰਨਦਾ ਪਿਆ ਅਤੇ ਇਹ ਮਾਈਕਰੋ ਸਾਈਜ਼ ਆ ਜਿੱਦਾਂ ਆਪਣਾ ਮਿੰਨੀ ਆ ਉਹ ਚੀਜ਼ ਹੈਗੀਆਂ ਜੀ ਸਾਰੀਆਂ ਇਹ ਹਾਂ ਮਾਈਕਰੋ ਸਾਈਜ਼ ਆ ਇਹ ਬੜਾ ਅੱਜ ਥੋੜ੍ਹਾ ਜਿਹਾ ਵੈਦਰ ਗਰਮ ਆ ਅਤੇ ਉਹਦੇ ਕਰਕੇ ਠੌਂਕਦੇ ਆ ਠੀਕ ਹੈ ਸਰ ਕੁਆਲਿਟੀ ਵਾਈਜ਼ ਸਰ ਵਿੱਚ ਪੇਪਰ ਦੇਤੇ ਹੈ ਵਿਦਆਊਟ ਪੇਪਰ ਦੇਤੇ ਹੈ ਵਿਦ ਪੇਪਰ ਜੇ ਹੈਗੀ ਆ ਕੋਸਟਲੀ ਹੋ ਜਾਂਦਾ ਹੋਗਾ ਠੀਕ ਹੈ ਸਰ ਤੋ ਵਿਦ ਪੇਪਰ ਸਰ ਕਿਤਨੇ ਦਾ ਪੇਪਰ ਹੁੰਦੇ ਨੇ ਪਹਿਲੇ ਵਿਦਆਊਟ ਪੇਪਰ ਯਾਦ ਹੋਵੇ ਸਰ ਆਪਾਂ ਡਿਲੀਵਰੀ ਵੀ ਕਰਵਾ ਦਿੱਤਾ ਸਰ ਠੀਕ ਹੈ ਤੋ ਉਸਕੇ ਐਕਸਟਰਾ ਚਾਰਜ ਦੇ ਆਪਾਂ ਇਹਦਾ ਹੀ ਬੱਚਾ ਭਾਜੀ ਫਿਆਕ ਦਾ ਹੀ ਮੇਲ ਆ ਫੀਮੇਲ ਮੇਲ ਓਏ ਲੈਵਲ ਗਰਮੀ ਆ ਤਾਂ ਕਰਕੇ ਹੌਂਕਦੇ ਆ ਕੁਆਲਿਟੀ ਦੇਖੋ ਇਹ ਮਾਈਕਰੋ ਔਰ ਇੰਪੋਰਟ ਹੋਇਆ ਹੋਇਆ ਥਾਈਲੈਂਡ ਤੋਂ ਨਾਲੇ ਜਿਹੜੇ ਕਹਿੰਦੇ ਆ ਵੀ ਅਮੈਰੀਕਨ ਬੁਲੀਜ਼ ਬਹੁਤ ਡੇਂਜਰ ਬਰੀਡ ਆ ਦੇਖ ਲਓ ਮੈਂ ਤਾਂ ਨੋਨ ਵੀ ਨਹੀਂ ਹੈਗਾ ਫਿਆਕ ਉਹ ਫਿਆਕ ਇਹ ਮਾਈਕਰੋ ਸਾਈਜ਼ ਆ ਕਲਰ ਬਹੁਤ ਸੋਹਣਾ ਇਹਨਾਂ ਦਾ ਲੈਲਿਕ ਕਲਰ ਆ ਆ ਫਿਆਕ ਦੀ ਫੋਟੋ ਆ ਜਦੋਂ ਸਟੈਕ ਦੇ ਵਿੱਚ ਬਹਿੰਦਾ ਤਾਂ ਇੱਦਾਂ ਬਹਿੰਦਾ ਦੇਖੋ
अपने बेंत भाई दे डॉग है डायरेक्ट थाईलैंड तो इंपोर्ट आए बच्चा गर्मी बहुत मानता पाया भाजी है ना अज वैदर थोड़ा जहा गर्म बुरा हाल होया है ना साइज देखो कितना छोटा ना बहुत छोटा भाई आज भाई आ गया मैं भाई रोटी खा के आ गया वाह फड़ यार फड़ यार यार चलो पूरी बढ़िया बन रही है ए अजी अमेरिकन बुली जेनो को साहब ही मसी ले आंदा बेचारा है बहुत प्यारी ब्रीड है अपने छोटे हाथ यार की नहीं भाई कहने बच्ची है ब्रोक नहीं क्रेटा जी चल पा जा वहां देखो कितना प्यार कर दी किन्नी एज भाजी दी ये हो गए 13 मंथ दी किन्नी उम्र है भाई तेरी 13 मंथ हैं खास करके उन्होंने वीडियोज आ जो अमेरिकन बुली ना एक डेंजर ब्रीड समझते भी घर रखने बहुत खतरनाक है आ देख लो ये मेरे लिए अननोन आ जो मेरे डॉग्स आ मेरे वाकवा तुम कह सकते भी ये वाकवे कुछ नहीं कहते पर आ देख लो इन्हों को कोई चक के ले जाए टॉय ब्रीड ही है यार आ देखा एक बार ओ कलर दिखा कलर बहुत प्यारा है अपनी टाइसन नाल दा पर एग्जॉटिक चीज है ना मारो मारो कपड़ा मारो ऐदा सामने रखे जाते हूँ गर्मी है तो करके फिर उन्होंने जो गिला कपड़ा करके मारिया जा रहा बी थोड़ा जहाँ तरास मिले साइज बहुत छोटा ना भाजी मैं तो बहुत प्यारी लगी बी लैनी भाजी थोड़े को जाके गर्मी मानता हूँ ये भी सेल ले आ भाजी हो गया सेल ये हो गया ना ये सेल हो गया जी ये जाऊगा अपने नवे घर साइज देखो कि कलर देखो कलर कितना प्यारा ऐदा है भाई औग लग गई गड्डिया इन्हों दी गड्डिया एसी लाने पेंदे आ क्योंकि तुसी देख लो इहदा गर्मी करके हाल की होया है फिर इदा गड्डिया दे विच रखदे आ भी बहुता ना गर्मी ना फील करे हजे फरवरी का महीना तो इन्हों का बहुत बुरा हाल भाई जी कहिंदे वीडियो बनाओ ते अपनी फीमेल जड़ियाँ शो करो मैं क्या जी गले कोई नहीं तुहानू सेंड कर देना भाजी की नाम अपने चैनल का संधू बुल्स कैंप ते आ इन्हां को अस तीनों फीमेल है ना क्वालिटी चेक कर लो माइक्रो साइज आ हाँ नैनो एग्जॉटिक कलर बहुत प्यारे आ ट्राई कलर आ जी
ਤੇ ਆ ਬਲੂ ਕਲਰ ਆ ਤੇ ਆ ਪੈਚ ਵਾਲਾ ਬੱਚਾ ਹੈ ਬਲੂ ਵਾਈਟ ਤੇ ਇਹ ਇਹਨਾਂ ਦੇ ਓਨਰ ਆ ਜੀ ਸੰਧੂ ਬੁਲਸ ਕੈਂਪ ਬਹੁਤ ਪਿਆਰੇ ਡੌਗ ਆ ਜਰਮਨ ਸ਼ੈਪਰਡ ਲੌਂਗ ਕੋਟ ਐਂਗੂਲੇਸ਼ਨ ਚੈੱਕ ਕਰੋ ਇਹਦੀ Please come into first ring. Last and final call. ਇਹ ਹੈ ਜੀ ਡਾਵਰਮੈਨ ਉਹਨਾਂ ਨੂੰ ਪ੍ਰਾਈਜ਼ ਵਗੈਰਾ ਮਿਲ ਰਹੇ ਆ ਨੈਕਸਟ ਕੌਲ ਨਿਨਪੈਨ ਟੈਨਕਾਟਸੋ ਬੌਕਸਰ ਬ੍ਰਿਟਿਸ਼ ਬੁਲਡੌਗ ਆ ਸਾਹਮਣੇ ਸਾਰੀ ਨਾ ਮਾਰਕੀਟ ਲੱਗੀ ਹੋਈ ਆ ਇਹਦੇ ਵਿੱਚ ਸਾਰੇ ਆਪੋ ਆਪਣੇ ਪੱਪੀਜ਼ ਲੈ ਕੇ ਆਏ ਹੋਏ ਆ ਅਤੇ ਸੇਲ ਲਈ ਲਾਏ ਹੋਏ ਆ ਮੋਸਟਲੀ ਸਾਰੀਆਂ ਬ੍ਰੀਡਸ ਹੈਗੀਆਂ ਇੱਥੇ ਹਸਕੀ ਆ ਅਜੇ ਵੀ ਆਪਣੀ ਵਲੌਗਿੰਗ ਕਰਦਾ ਪਿਆ ਇਹ ਆਪਣੇ ਚੈਨਲ ਤੇ ਪਾਊਗਾ ਪੈਂਤੀ ਦਿਨਾਂ ਦੇ ਹੋ ਗਿਆ ਨਾ ਫੀਮੇਲ ਆ ਕਲਰ ਦੇਖੋ 9000 ਦੀ ਹੈ ਸਾਰੀ ਆਪਣੀ ਖੁਸ਼ੀ ਏਦਾਂ ਦੀ ਸੀਗੀ ਛੋਟੀ ਹੁੰਦੀ ਹਸਕੀ ਬਲੂ ਆਈ ਇਹਦੇ ਵਿੱਚ ਇਹਦੀ ਨਾ ਜਿਹੜੀ ਖਾਸ ਗੱਲ ਉਹ ਇਹ ਇਹਦੀ ਜਿਹੜੀ ਆਈਜ਼ ਆ ਉਹ ਬਲੂ ਆ ਬਲੂ ਆਈਜ਼ ਹਸਕੀ ਮੇਲ ਫੀਮੇਲ ਭਾਜੀ ਫੀਮੇਲ ਆ ਛਿਆਲੀਆਂ ਦਿਨਾਂ ਦੀ ਹੈ ਨਾ ਹਾਂ ਲੈਣਾ ਕੰਟੈਕਟ ਕਰੋ ਵੀਰੇ ਨੂੰ ਨੰਬਰ ਦੱਸ ਦਿੱਤਾ ਹੋਇਆ ਤੁਹਾਨੂੰ ਇਹ ਖਰੀਦ ਰਹੇ ਆ ਉਹ ਵੇਚਣ ਵਾਲੇ ਆ ਤੇ ਇੱਦਾਂ ਤੁਸੀਂ ਵਧੀਆ ਰੇਟ ਤੇ ਇੱਥੇ ਡੌਗ ਲੈ ਸਕਦੇ ਆ ਜਰਮਨ ਸ਼ੈਫਰਡ ਇਹਦਾ ਡੌਗਸ ਸ਼ੋਅ 'ਤੇ ਤੁਸੀਂ ਜਾ ਕੇ ਨਾ ਆਪਣੀ ਪਸੰਦ ਦਾ ਡੌਗਸ ਲੈ ਸਕਦੇ ਹਾਂ ਅਤੇ ਇੱਥੇ ਪ੍ਰਾਈਜ਼ ਵਗੈਰਾ ਬਹੁਤ ਵਧੀਆ ਹੁੰਦੇ ਆ ਚੀਪ ਐਂਡ ਬੈਸਟ ਡੌਗਸ ਤੁਸੀਂ ਇੱਥੋਂ ਆਪਣੇ ਘਰ ਲਈ ਅਡੋਪਟ ਕਰ ਸਕਦੇ ਹਾਂ ਇਹ ਹੈਗਾ ਜੀ ਗੋਲਡਨ ਰਿਟਰੀਵਰ ਹਾਂਜੀ ਆਹ ਵਾਲੇ ਅੰਕਲ ਜੀ ਨੂੰ ਪਤਾ ਕਰੋ ਇਹਨਾਂ ਦਾ ਡੌਗ ਆ ਇਹ ਹੈਗਾ ਜੀ ਟੋਏ ਪੌਮ ਬਸ ਇੰਨਾ ਕੀ ਰਹਿੰਦਾ ਭਾਜੀ ਕਿੰਨੀ ਏਜ ਇਹਦੀ ਹਾਂ ਇਹੀ ਸਾਈਜ਼ ਰਹਿਣਾ ਨਾ ਇਹਦਾ ਟੋਏ ਪੌਮ ਬਹੁਤ ਕੋਸਟਲੀ ਤੇ ਵਧੀਆ ਬਰੀਡ ਹੈ ਇਹ ਹੈਗੀ ਹੈ ਜੀ ਟੋਏ ਪੌਮ ਬਰੀਡ
ਇਹ ਇੰਨਾ ਕੀ ਰਹਿੰਦਾ ਜੀ? ਆ ਦੇਖ ਲਓ ਮੇਰੀ ਇੱਕ ਗਿੱਠ ਤੇ ਆ ਸਾਰੇ ਭਾਜੀ ਸੇਲ ਹੀ ਆ। ਆਈਜ਼ ਦੇਖੋ ਇਹਦੀਆਂ, ਇੱਧਰ ਸਟਾਲਸ ਵਗੈਰਾ ਲੱਗੇ ਹੋਏ ਆ ਤੇ ਆਪਾਂ ਆਪਣੇ ਡੋਗਸ ਘਰੋਂ ਲੈ ਕੇ ਹੋਏ ਸੇਲ ਕਰਨ ਲਈ ਪੈਟਸ, ਛੋਟੇ ਛੋਟੇ ਬੱਚੇ। ਆਹ ਛੋਟੇ ਜਿਹੇ ਬੱਚੇ ਨੇ ਪੱਪੀ ਲੈਣਾ ਦੇਖੋ। ਅਜੇ ਚੱਲਦਾ ਪਿਆ ਵਲੌਗ ਤੇਰਾ? ਦੇਖੋ ਜੀ ਇਹਦੀ ਸ਼ੂਟਿੰਗ ਚੱਲਦੀ ਪਈ ਆ ਸਾਰੀ ਤੇ ਆਪਣੇ ਚੈਨਲ ਤੇ ਪਾਊਗਾ। ਇੱਦਾਂ ਸਾਰੇ ਨਾ, ਥੋੜ੍ਹੀ ਅੱਜ ਗਰਮੀ ਆ, ਥੋੜ੍ਹੀ ਨਹੀਂ ਅੱਜ ਜ਼ਿਆਦਾ ਗਰਮੀ ਆ ਅਤੇ ਆਪਾਂ ਵੀ ਲੈ ਕੇ ਆਉਣ ਨੂੰ ਲਿਆ ਸਕਦੇ ਸੀ, ਬਟ ਚੱਕਰ ਇਹ ਆ ਵੀ ਡੋਗ ਨੂੰ ਗਰਮੀ ਲੱਗਦੀ ਹੈ। ਉਹ ਦੇਖੋ ਤੁਹਾਨੂੰ ਮੈਂ ਦਿਖਾਉਂਦਾ ਵੀ ਕਿੱਦਾਂ ਜੀਭਾਂ ਨਿਕਲੀਆਂ। ਦੇਖੋ ਤੁਸੀਂ ਕਿੱਦਾਂ ਰਸ਼ ਆ ਅਤੇ ਸਾਰੇ ਸਟਾਲਸ ਲੱਗੇ ਹੋਏ ਆ। ਆਪੋ ਆਪਣੇ ਪੈਟਸ ਲੈ ਕੇ ਆਏ ਹੋਏ ਆ, ਕੋਈ ਰਿੰਗ ਲਈ ਲੈ ਕੇ ਆਏ ਹੋਏ, ਕੋਈ ਸ਼ੋ ਲਈ ਲੈ ਕੇ ਆਏ ਹੋਏ ਆ ਅਤੇ ਕੋਈ ਸੇਲ ਲਈ ਲੈ ਕੇ ਆਏ ਹੋਏ ਆ। ਸ਼ਿਟ ਜ਼ੂ, ਜਰਮਨ ਸ਼ੈਫਰਡ, ਹਸਕੀ, ਰਿਟਰੀਵਰ, ਲੈਬ, ਸਾਰੇ ਬੱਚੇ ਤਕਰੀਬਨ ਹੈਗੇ ਆ। ਭਾਅ ਜੀ ਚਾਓ ਚਾਓ ਆ ਜੀ, ਚਾਓ ਚਾਓ। ਆਹ ਦੇਖੋ ਚਾਓ ਚਾਓ ਬਰੀਡ, ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਡੋਗ ਦਿਖਾਇਆ ਬੜਾ, ਇਹ ਉਹਦੇ ਨਾਲ ਦੇ ਬੱਚੇ। ਦੇਖੋ ਸਾਈਜ਼ ਇਹਨਾਂ ਦਾ। ਆਹ ਟੋਏ ਪਾਉਮਾ? ਹਾਂਜੀ, ਟੋਏ ਕਲਚਰ, ਟੋਏ ਕਲਚਰ। ਇਹਦਾ ਸਾਈਜ਼ ਦੇਖੋ, ਟੋਏ ਪਾਉਮਾ ਨਾ, ਇਹ ਟੋਏ ਕਲਚਰ ਆ ਕਹਿੰਦੇ। ਬਹੁਤ ਛੋਟਾ, ਬਹੁਤ ਛੋਟਾ ਬੱਚਾ। ਤੇ ਉਹ ਹੈਗਾ ਆ ਚਾਓ ਚਾਓ, ਬਹੁਤ ਪਿਆਰਾ ਬੱਚਾ। ਇੱਕ ਆ ਵੀ ਕਲਰ ਹੈ ਇਹਦੇ ਵਿੱਚ, ਕ੍ਰੀਮ ਕਲਰ। ਇਹ ਹੁਣ ਦੇਖੋ, ਆਹ ਛੋਟੀ ਹੈ ਬਾਈ, ਕਿੰਨੇ ਪਿਆਰੇ ਲੱਗਦੇ ਆ ਨਾ। ਸਭ ਤੋਂ ਛੋਟੀ ਹੈ ਨਾ। ਉਹਦਾ ਸਾਈਜ਼ ਕਿੰਨਾ ਛੋਟਾ? ਕੀ ਪ੍ਰਾਈਸ ਆ ਭਾਜੀ ਇਹਨਾਂ ਦਾ? ਭਾਜੀ ਇਹਦੇ ਬੱਚੇ ਜੀ ਕਾਪਰ ਕਲਰ। ਅੱਛਾ ਤੁਸੀਂ ਵੀ ਫੜਿਆ ਆਇਆ? ਨਹੀਂ ਤੁਹਾਨੂੰ ਪਤਾ ਨਾ, ਮੇ ਬੀ ਇਹਨੂੰ ਕਾਪਰ ਕਲਰ ਕਹਿੰਦੇ ਆ। ਹਾਂ ਹਸਕੀ ਆ। ਇਹ ਬਲੂ ਆਈਜ਼ ਆ ਕਿ ਵਾਈਟ? ਇਹਦੀ ਆਈਜ਼ ਦੇਖੋ ਇੱਕ ਵਾਰ। ਇਹਨਾਂ ਦੀ ਆਈਜ਼ ਹੀ ਇਹਨਾਂ ਦਾ ਸਭ ਤੋਂ ਖਾਸ ਗੱਲ ਆ। ਵਾਈਟ ਕਲਰ ਦਾ ਹਸਕੀ ਆ ਜਿਹੜਾ ਪਹਿਲਾਂ ਤੁਹਾਨੂੰ ਦਿਖਾਇਆ, ਉਹਦੇ ਵਿੱਚ ਵਾਈਟ ਕਲਰ ਆ, ਇਹਦੇ ਵਿੱਚ ਕੋਈ ਮਾਰਕਿੰਗ ਨਹੀਂ ਹੈਗੀ। ਤੇ ਇਹਦਾ ਪੱਪੀ ਵੀ ਹੈਗਾ ਇੱਧਰ ਭਾਅ ਜੀ, ਉਹਦਾ ਪੱਪੀ ਹੈ? ਮੇਲ ਫੀਮੇਲ? ਮੇਲ ਹੈ ਜੀ, ਮੇਲ ਆ, ਫੀਮੇਲ ਥੱਲੇ। ਆਲ ਟਾਈਮ ਸਾਰਿਆਂ ਦਾ ਫੇਵਰੇਟ ਬਰੀਡ ਆ ਇਹ ਲੈਬਰਾਡੋਰ। ਇਹ ਵੀ ਸੇਲ ਲਈ ਆਏ ਹੋਏ ਆ, ਆਹ ਬਾਬਾ ਜੀ ਹੁਣੀ ਲੈ ਕੇ ਆਏ ਆ ਅਤੇ ਇਹਨਾਂ ਨੇ ਇਹ ਸੇਲ ਕਰਨੇ ਆ। ਤੁਸੀਂ ਸਾਹਮਣੇ ਦੇਖਦੇ ਪਏ ਉਹਨਾਂ ਨੂੰ ਪ੍ਰਾਈਜ਼ ਮਿਲਦਾ ਪਿਆ ਅਤੇ ਉਹਨਾਂ ਦੀ ਕੁਆਲਿਟੀਜ਼ ਵਗੈਰਾ ਚੈੱਕ ਹੋ ਰਹੀਆਂ ਆ।
ਵੀ ਕਿਹਦੇ ਵਿੱਚ ਕੀ ਫੀਚਰ ਆ ਔਰ ਇੱਦਾਂ ਰਿੰਗ ਲੱਗਦੀ ਆ ਦੇਖੋ ਡੋਗ ਨੂੰ ਤਰਾ ਕੇ ਦੇਖਣਾ ਆ ਨਠਾ ਕੇ ਦੇਖਣਾ ਆ ਇੱਦਾਂ ਸਾਰਾ ਕੁਛ ਚੈੱਕ ਕਰਦੇ ਉਹਦੇ ਟੀਥ ਮਾਊਥ ਸਾਰਾ ਕੁਛ ਉਹਦੀ ਹੇਅਰ ਕੁਆਲਿਟੀ ਕੋਟ ਵਗੈਰਾ ਸਭ ਕੁਛ ਚੈੱਕ ਕਰਦੇ ਆ ਅਤੇ ਫਿਰ ਉਹਨੂੰ ਫਿਰ ਪ੍ਰਾਈਜ਼ ਆਹ ਵਾਲੇ ਦਿੰਦੇ ਆ ਜੀ ਔਰ ਦੇਖ ਲਓ ਤੁਸੀਂ ਨੰਬਰ ਵਨ ਜਿਹੜਾ ਬੈਸਟ ਅੱਜ ਦਾ ਡੋਗ ਹੋਊਗਾ ਉਹਨੂੰ ਆਹ ਮਿਲੂਗਾ ਸਭ ਤੋਂ ਵੱਡੀ ਟਰੋਫੀ ਸ਼ਾਰਟ ਹੇਅਰ ਮੇਲ ਲਾਸਟ ਐਂਡ ਫਾਈਨਲ ਕਾਲ 629 ਵਾਸ ਸ਼ਾਰਟ ਹੇਅਰ ਮੇਲ ਉਹ ਦੇਖੋ ਉਹਦੀ ਐਂਗੂਲੇਸ਼ਨ ਉਹਦੀ ਟੇਲ ਵਗੈਰਾ ਮਾਊਥ ਸਾਰਾ ਕੁਝ ਚੈੱਕ ਕਰਦੇ ਪਏ ਉਹ ਦੇਖੋ ਬਾਕਸਰ ਰੋਟਵਿਲਰ ਬਹੁਤ ਕੁਝ ਹੈ ਇਹਨਾਂ ਵਿੱਚ ਵੀ ਨਾ ਦੇਖਣ ਵਾਲਾ ਦਿਖਾਉਣ ਵਾਲਾ ਅਤੇ ਐਂ ਵੀ ਨਹੀਂ ਇਹਦੇ ਸ਼ੋਜ਼ ਵਗੈਰਾ ਲੱਗਦੇ ਆ ਜਾਣੀ ਬਹੁਤ ਔਖਾ ਕੰਮ ਆ ਇਹਨਾਂ ਨੂੰ ਪਾਲਣਾ ਫੀਡਿੰਗ ਕਰਨੀ ਇਹਨਾਂ ਦੀ ਸਾਂਭ ਸੰਭਾਲ ਬਹੁਤ ਔਖੀ ਚੀਜ਼ ਆ ਦੇਖਣ ਨੂੰ ਬਹੁਤ ਲੱਗਦਾ ਵੀ ਹਾਂ ਡੋਗ ਰੱਖਿਆ ਹੋਇਆ ਪਰ ਨਹੀਂ ਬਾਕੀ ਡੋਗ ਫੂਡ ਵਗੈਰਾ ਵੀ ਇੱਥੇ ਰੱਖਿਆ ਹੋਇਆ ਇਹਨਾਂ ਦੀ ਵੀ ਮਸ਼ਹੂਰੀ ਨਾਲ ਦੀ ਨਾਲ ਚੱਲਦੀ ਪਈ ਆ ਪੈਡੀਗਿਰੀ ਕੈਨਨ ਕ੍ਰੀਕ ਰੋਇਲ ਕੈਨਨ ਹਰ ਤਰ੍ਹਾਂ ਦਾ ਫੂਡ ਇੱਥੇ ਜਿਹੜਾ ਉਹ ਰੱਖਿਆ ਗਿਆ ਡਰੂਲਸ ਵਗੈਰਾ ਲਾਸਟ ਐਂਡ ਫਾਈਨਲ ਕਾਲ ਸਮੋਇਡ ਸਪੇਰੀਅਨ ਅਪਕੀ ਜਰਮਨ ਸਟੇਟ ਸੁਮੇਰੀਅਨ ਅਕੀਤਾ ਚੌਚੋਕ ਇੰਡੀਅਨ ਸਟੇਟ ਇੱਦਾਂ ਰਿੰਗ ਲੱਗਦੀ ਕਮ ਟੂ ਰਿੰਗ ਨੰਬਰ 1 ਵੇਟਿੰਗ ਏਰੀਆ ਆਹ ਜਿਹੜਾ ਪਹਿਲੇ ਨੰਬਰ ਵਾਲਾ ਡੋਗ ਆ ਬਹੁਤ ਪਿਆਰਾ ਡੋਗ ਆ ਲਾਸਟ ਐਂਡ ਫਾਈਨਲ ਕਾਲ ਟੂ ਡੈਲਮੇਸ਼ੀਅਨ ਪਲੀਜ਼ ਕਮ ਟੂ ਰਿੰਗ ਨੰਬਰ 1 ਦੇਖ ਲਓ ਕਿੱਦਾਂ ਸਾਰੇ ਨੱਠੇ ਪਏ ਆ ਬਹੁਤ ਮਿਹਨਤ ਲੱਗਦੀ ਹੈ ਇਸ ਚੀਜ਼ ਮਗਰ ਫਾਈਨਲ ਕਾਲ ਟੂ ਡੈਲਮੇਸ਼ੀਅਨ ਪਲੀਜ਼ ਕਮ ਟੂ ਰਿੰਗ ਨੰਬਰ 1 ਹੈਲੋ ਹੈਲੋ ਭਾਜੀ ਓਵਰਟੇਕ ਨਹੀਂ ਕਰਨਾ ਹੈਲੋ ਰੈਡੀ ਟੂ ਕੰਗਾ ਕੰਗਾ ਦੇ ਫਾਈ ਕਰ ਰਹੇ ਗਾੜੀ ਕੋ ਸਪਰੇ ਸਪਰੇ ਕਰ ਸਪਰੇ ਭਾਜੀ ਕਿਹੜੀ ਬਰੀਡ ਆ ਜੀ ਇਹ ਕਿਹੜੀ ਬਰੀਡ ਆ ਟੋਏ ਪੰਮ ਸਪਰੇ ਕਰ ਟੋਏ ਪੰਮ ਫਾਈ ਕਰਨ ਚਾਰੀ ਰਿੰਗ ਚ ਆਈ ਹੋ ਸਪਰੇ ਕਰ ਆ ਦੇਖੋ ਬੱਚੇ ਬਹੁਤ ਪਿਆਰੇ ਬੱਚੇ ਨੇ ਫਾਈ ਕਰਨ ਚਾਰੀ ਜਮਾ ਛੱਪੜਾ ਰਿੰਗ ਚ ਆਈ ਹੋ ਬਹੁਤ ਬਰੀਡ ਆ ਜੀ ਇਹ ਸਾਲ ਤੋਂ ਪਲੱਸ ਬਰੀਡ ਦੂਜਾ ਬੱਚਾ ਕੋਈ ਅਮਰੀਕਨ ਕੁੜੀ ਵਾਲਾ ਹੈ ਤੇ ਆਈ ਹੋ ਰਿੰਗ ਨੰਬਰ 2 ਤੇ ਇੰਟਰਵਿਊ ਚੱਲਦੀ ਪਈ ਆ ਕਰਦੇ ਗੱਲਬਾਤ ਤੇ ਤੁਹਾਨੂੰ ਦਿੰਦੇ ਹਾਂ ਇੱਕ ਨਵੀਂ ਜਾਣਕਾਰੀ ਲੈ ਜਾ ਕੇ ਘਰ ਨੂੰ ਬੀਗਲ ਆ ਬਰੀਡ ਇਹ ਬਹੁਤ ਪਿਆਰੀ ਬਰੀਡ ਆ ਫੇਸ ਬਹੁਤ ਸੋਹਣਾ ਬੱਚਿਆਂ ਦਾ ਹਾਂ ਬਾਈ ਦੱਸੋ ਕੀ ਖਾਣਾ ਪੀਣਾ ਫੀਮੇਲ ਆ ਇੱਕ ਅਮੈਰੀਕਨ ਬੁਲੀ
ਉਹਦਾ ਪ੍ਰਾਈਸ ਹੈਗਾ ਆਪਣੇ ਕੋਲ 7000 ਇਹ 7000 ਦੀ ਫੀਮੇਲ ਆ ਬੀਗਲ ਹੈਗੇ 8000 ਦੀ ਨੰਬਰ ਕੀ ਹੈ ਤੁਹਾਡਾ ਨੰਬਰ ਹੈਗਾ 8968882095 ਕਿਸੇ ਨੇ ਵੀ ਲੈਣਾ ਹੋਇਆ ਤਾਂ ਵੀਰ ਨੂੰ ਕੰਟੈਕਟ ਕਰ ਲਿਓ ਅਜੇ ਜੋਰਾਂ ਸ਼ੋਰਾਂ 'ਤੇ ਚੱਲਦੀ ਵੀ ਇਹ ਇੰਟਰਵਿਊ ਪੂਰੀ जी कोई बेल्जियम ब्रीड मैं फर्स्ट टाइम देखी है हाँ खतरनाक जी लगती है मैं पहली बार देखी बेल्जियम शेफर्ड जे घर च शेर रखना होगा तो इन्हू रख लवे हाँ बहू देखो कितनी प्यारी चीज है मैं भाजी ने पूछा मैं क्या पैंती नहीं कहते हल्की हल्की पैंती है हल्की हल्की उन्हें बोटी ला लेनी मेरी की नाम भाजी का मोगली चाइनीज चाओ चाओ ये भाजी हूँ ओनर आते अपने भाजी पहला तो ही फ्रेंड आ तो मैं क्या इन्हों की फीमेल आप दिखाईए सारे तो भाजी हूँ दोनों जने लैके आए हुए इनू मोगली भाई रश वधी जांदा आ ओ तुसी देख लो ओ परली साइड रिंग लग रही है तीन तरह दी इत्थे मार्केट लगी हुई है हुण शाम दा टाइम हो गया जी 4 बज गए सो आपां हुण वापस चलदे आ भाजी किदा रहा एक्सपीरियंस अपना की केड़ी ब्रीड आ टॉय प्रॉम है ना ते किन्ने किन्ने दा खरीदया हिमाचल तो आए ते वधिया लगा शो जाके असीं भी पहली बार विजिट कीता अच्छा जी मैं कहना डॉग खरीदण आए सीगे ना सो तुसीं भी आ सकदे आ जे तुसीं डॉग्स वगैरह लैणे देखो सारे अपने बच्चों नाल आउंदे आ फैमिली एक तरह नाल सारी आउंदी इत्थे ते वधिया वधिया डॉग परचेज करके लैके जांदे आ लो जी ओ जर्मन शेफर्ड भाजी उहनां दा सो जी घूम फिर के आप आ चुके हैं अपनी गड्डी दे विच वापस बाहर टैंपरेचर इस वेले गड्डी दसदी पई है 30 ते मैनूं लगदा वी 35-35 दे गेट दे विच तां अजे होऊगा हां ते अज ने तां जी अज खुत्तियां पातियां ऐन पूरा शूट कीता भाई ने भाई की सीगा इहदा वी चैनल थल्ले मैं डिस्क्रिप्शन दे विच दऊंगा इहदा चैनल वी तुसीं फॉलो कर सकदे किंग्स डॉग किंग डॉग्स करके दा चैनल आ इंस्टाग्राम ते वी और यूट्यूब उत्ते भी ठीक है भाई जे आप यूट्यूब उत्ते चैनल बनाया तो साडा फर्ज बनता भी उहदे लई मेहनत की जाए मैं नवां शहर आया सीगा इहनू भी नाल लैके आया तुहानू दस्सिया भी मैनू फंक्शन सीगा इस करके मैं कहा चलो भी आप डॉग शो ऐतकी अटेंड करिए अपने यार वेली वाधू आए हुए सीगे ते हुण आप वलॉग नू बहुता खिंचणा नहीं इत्थे करदे इहनू समाप्त अज दे वलॉग दे विच तुसीं डॉग्स नू इंजॉय कीता चंगा लगा तां लाइक शेयर कमेंट कर दिओ और वध तों वध सपोर्ट करो मिलदे हुण तुहानू नवें वलॉग दे विच वाहिगुरू जी का खालसा वाहिगुरू जी की फतेह